ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਬਲੀ ਜੀ, ਰੱਬ ਇੱਕ, ਜੈ ਸਾਈਂ ਜੀ 786। SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਉਹ ਮਿਲਦੀ ਰਹੇ। ਬਾਬਾ ਜੀ ਕਹਿੰਦੇ ਕਿ ਜਦੋਂ ਬੰਦਾ ਸੰਪੂਰਨ ਇਸ਼ਕ ਦੇ ਨਾਲ, ਜਦੋਂ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਦੀ ਸੋਭਤ ਦੇ ਵਿੱਚ ਜਾਂਦਾ ਹੈ, ਉਹਨਾਂ ਦੀ ਬਾਣੀ ਸੁਣਦਾ ਹੈ, ਤਾਂ ਬਹੁਤ ਕੁਝ ਹਾਸਲ ਕਰਦਾ ਹੈ। ਔਰ ਆਖਿਰ ਮਿਲਦਾ ਕੀ ਹੈ, ਸੋ ਅੱਜ ਇਸੇ ਬਾਰੇ ਗੱਲ ਕਰਾਂਗੇ। ਕਹਿੰਦੇ ਕਿ ਹਜ਼ਰਤ ਮੌਲਾਨਾ ਰੂਮੀ ਸਾਹਿਬ, ਉਹਨਾਂ ਦੇ ਕੋਲ ਇੱਕ ਪਿਆਰਾ ਆਇਆ ਔਰ ਆ ਕੇ ਕਹਿੰਦਾ ਮਹਾਰਾਜ ਕਿ ਤੁਸੀਂ ਹਰ ਵਕਤ ਮੁਰਸ਼ਦ ਦੇ ਗੁਣ ਗਾਉਂਦੇ ਹੋ, ਆਪਣੇ ਸਾਈਂ ਦੇ ਗੁਣ ਗਾਉਂਦੇ ਹੋ, ਤੁਸੀਂ ਕਹਿੰਦੇ ਆ ਕਿ ਮੇਰੀ ਜ਼ਿੰਦਗੀ ਮੁਰਸ਼ਦ ਤੋਂ ਬਿਨਾਂ ਅਧੂਰੀ ਹੈ। ਫਿਰ ਤੁਸੀਂ ਆਪਣੇ ਮੁਰਸ਼ਦ ਦੀ ਬੜੀ ਉਪਮਾ ਕੀਤੀ, ਬੜੀ ਵਡਿਆਈ ਲਿਖਦੇ ਹਾਂ ਤੁਸੀਂ, ਅਤੇ ਉਹ ਕਲਾਮ ਲਿਖਦੇ ਸੀ ਮੌਲਾਨਾ ਰੂਮੀ ਸਾਹਿਬ। ਹੁਣ ਉਹ ਜਿਹੜੇ ਮੁਰਸ਼ਦ ਦੀ ਉਹਨਾਂ ਨੇ ਗੱਲ ਕੀਤੀ ਆਪਣੇ ਮੁਰਸ਼ਦ ਪਾਕ ਦੀ, ਜਿਹੜੇ ਉਹਨਾਂ ਦੇ ਮੁਰਸ਼ਦ ਸਮਝ ਤਬਰੇਜ਼ ਸਾਹਿਬ, ਤਾਂ ਉਹਨਾਂ ਦੇ ਉਪਮਾ ਦੇ ਵਿੱਚ ਉਹਨਾਂ ਨੇ ਜੋ ਜੋ ਲਿਖਿਆ ਉਹਨਾਂ ਦੀ ਵਡਿਆਈ ਦੇ ਵਿੱਚ, ਤਾਂ ਇੱਕ ਪਿਆਰੇ ਨੇ ਪੜ੍ਹਿਆ ਆ ਕੇ ਕਹਿਣ ਲੱਗਾ, ਉਹ ਕਹਿਣ ਲੱਗਾ ਮਹਾਰਾਜ ਤੁਸੀਂ ਇਹ ਬੜੇ ਆਪਣੇ ਮੁਰਸ਼ਦ ਦੀ ਉਪਮਾ ਕੀਤੀ ਹੈ, ਬੜੇ ਉਹਨਾਂ ਦੇ ਗੀਤ ਗਾਏ ਹੈ, ਬੜੀ ਵਡਿਆਈ ਕੀਤੀ ਹੈ, ਅਤੇ ਮੁਰਸ਼ਦ ਦੀ ਮਹਿਮਾ ਗਾਣੀ ਕਿੰਨੀ ਕੁ ਜ਼ਰੂਰੀ ਹੈ, ਕਿ ਮੁਰਸ਼ਦ ਦਾ ਜ਼ਿੰਦਗੀ ਦੇ ਵਿੱਚ ਹੋਣਾ ਕਿੰਨਾ ਕੁ ਜ਼ਰੂਰੀ ਹੈ, ਔਰ ਤੁਸੀਂ ਇੰਨੀ ਆਪਣੇ ਮੁਰਸ਼ਦ ਦੀ ਮਹਿਮਾ ਕਿਉਂ ਗਾਈ ਹੈ। ਤਾਂ ਹੁਣ ਉਹਨੇ ਜਦੋਂ ਪੁੱਛਿਆ ਤਾਂ ਮੌਲਾਨਾ ਰੂਮੀ ਸਾਹਿਬ ਨੇ ਉਹਦੀ ਗੱਲ ਸੁਣ ਕੇ, ਉਹ ਕਹਿੰਦੇ ਕਿ ਤੇਰਾ ਜਵਾਬ ਜਿਹੜਾ ਹੈ ਨਾ ਉਹ ਮੈਂ ਜ਼ਰੂਰ ਦਊਂਗਾ, ਪਰ ਪਹਿਲਾਂ ਆ ਇੱਕ ਮੇਰੀ ਗੱਲ ਸੁਣ ਗੌਰ ਨਾਲ। ਤਾਂ ਉਹ ਕਹਿੰਦਾ ਮਹਾਰਾਜ ਸੁਣਾਓ। ਤਾਂ ਹਜ਼ਰਤ ਮੌਲਾਨਾ ਰੂਮੀ ਸਾਹਿਬ ਕਹਿਣ ਲੱਗੇ ਕਿ ਇੱਕ ਨਾ ਚੀਂਟੀ ਸੀ, ਕੀੜੀ। ਤਾਂ ਉਹ ਕਹਿੰਦੇ ਕਿ ਉਹ ਕੀੜੀ ਨੇ ਕਾਫੀ ਲੋਕ ਦੇਖੇ ਕਿ ਜੱਥੇ ਬਣਾ ਬਣਾ ਕੇ, ਟੋਲੀਆਂ ਬਣਾ ਬਣਾ ਕੇ ਇੱਕ ਪਾਸੇ ਜਾ ਰਹੇ ਹੈ। ਤਾਂ ਕਹਿੰਦੇ ਕੀੜੀ ਨੇ ਸੋਚਿਆ ਕਿ ਇਹ ਆਖਿਰ ਜਾ ਕਿੱਥੇ ਰਹੇ ਹੈ। ਹੁਣ ਉਹ ਸੋਚ ਰਹੀ ਹੈ ਤਾਂ ਉਹਦੇ ਕੋਲ ਹੀ ਨਾ ਕਹਿੰਦੇ ਇੱਕ ਕਬੂਤਰ ਸੀ ਡਾਲ 'ਤੇ ਬੈਠਾ ਹੋਇਆ। ਤਾਂ ਕਹਿੰਦੇ ਕੀੜੀ ਨੇ ਕਬੂਤਰ ਨਾਲ ਗੱਲ ਕੀਤੀ ਕਿ ਇਹ ਕਬੂਤਰ ਮੈਂ ਤਾਂ ਕੀੜੀ ਹਾਂ, ਧਰਤੀ 'ਤੇ ਰੇਂਗਦੀ ਰਹਿੰਦੀ ਹੈ, ਪਰ ਤੂੰ ਤਾਂ ਉੱਡਣ ਵਾਲਾ ਹੈ, ਉੱਡਦਾ ਹੈ, ਤੂੰ ਦੂਰ ਦੂਰ ਉਡਾਰੀਆਂ ਮਾਰ ਸਕਦਾ ਹੈ, ਤਾਂ ਮੈਨੂੰ ਇੰਨਾ ਦੱਸ ਇਹ ਦੇਖ ਕੇ ਕਿ ਇਹ ਲੋਕ ਕਿੱਥੇ ਜਾ ਰਹੇ। ਉਸ ਵਕਤ ਕਹਿੰਦੇ ਕਬੂਤਰ ਨੇ ਉਸ ਕੀੜੀ ਨੂੰ ਜਵਾਬ ਦਿੱਤਾ ਕਿ ਇਹ ਜਿਹੜੇ ਲੋਕ ਜਾ ਰਹੇ ਹੈ ਨਾ, ਇਹ ਹਾਜੀ ਨੇ, ਹੱਜ ਕਰਨ ਜਾ ਰਹੇ ਨੇ ਮੱਕੇ। ਜ਼ਰਾ ਗੌਰ ਕਰਨਾ ਬਾਬਾ ਜੀ, ਉਹ ਕਹਿੰਦਾ ਕਿ ਇਹ ਸਾਰੇ ਲੋਕ ਹਾਜੀ ਨੇ ਔਰ ਹੱਜ ਦਾ ਵਕਤ ਚੱਲ ਰਿਹਾ ਹੈ, ਟੋਲੀ ਬਣਾ ਕੇ, ਜੱਥੇ ਬਣਾ ਕੇ ਹਜ਼ਾਰਾਂ ਹੀ ਲੋਕ ਹੱਜ ਕਰਨ ਜਾ ਰਹੇ ਹੈ ਮੱਕੇ। ਤਾਂ ਕਹਿੰਦੇ ਉਸ ਵੇਲੇ ਉਸ ਕੀੜੀ ਨੇ ਉਸ ਕਬੂਤਰ ਨੂੰ ਕਿਹਾ ਕਿ ਇਹ ਕਬੂਤਰ, ਇਹ ਮੱਕਾ ਕੀ ਹੈ, ਇਹ ਮੱਕਾ ਕੀ ਹੈ ਜਿੱਥੇ ਲੋਕ ਹੱਜ ਕਰਨ ਜਾਂਦੇ ਹੈ। ਮੌਲਾਨਾ ਰੂਮੀ ਸਾਹਿਬ ਅੱਗੇ ਗੱਲ ਕਰਦੇ ਆ ਕਿ ਜਦੋਂ ਕੀੜੀ ਨੇ ਹੁਣ ਕਬੂਤਰ ਨੂੰ ਪੁੱਛਿਆ ਵੀ ਉਹ ਮੱਕਾ ਕੀ ਹੈ, ਤਾਂ ਕਹਿੰਦੇ ਕਬੂਤਰ ਨੇ ਕਿਹਾ ਕਿ ਮੱਕਾ ਜਿਹੜਾ ਹੈ ਉਹਨੂੰ ਰੱਬ ਦਾ ਘਰ ਕਿਹਾ ਜਾਂਦਾ ਔਰ ਉੱਥੇ ਲੋਕ ਉਹਦੇ ਦਰਸ਼ਨ ਕਰਨ ਜਾਂਦੇ ਹੈ। ਤਾਂ ਉਸ ਵਕਤ ਕਹਿੰਦੇ ਕੀੜੀ ਨੇ ਦੁਬਾਰਾ ਸਵਾਲ ਕੀਤਾ ਕਬੂਤਰ ਨੂੰ, ਕਿਹਾ ਕਬੂਤਰ ਹੈ ਮੱਕਾ ਜਿਹੜਾ ਹੈ ਜਿਹਨੂੰ ਤੂੰ ਕਹਿੰਦਾ ਵੀ ਇਹ ਰੱਬ ਦਾ ਘਰ ਹੈ ਜਿੱਥੇ ਲੋਕ ਦਰਸ਼ਨ ਕਰਨ ਚੱਲੇ ਹੈ, ਇਹ ਆਖਿਰ ਕਿੰਨੀ ਕੁ ਦੂਰ ਹੈ। ਜ਼ਰਾ ਗੌਰ ਕਰਨਾ ਕਿ ਆਖਿਰ ਕਿੰਨੀ ਕੁ ਦੂਰ ਹੈ। ਕਬੂਤਰ ਨੇ ਕਿਹਾ ਕਹਿੰਦਾ ਕਿ ਇਹ ਕਾਫੀ ਦੂਰ ਹੈ, ਬਹੁਤ ਦੂਰ ਹੈ। ਤਾਂ ਕੀੜੀ ਨੇ ਕਬੂਤਰ ਨੂੰ ਕਿਹਾ ਕਹਿੰਦੇ ਕਿ ਯਾਰ ਮੇਰਾ ਵੀ ਦਿਲ ਕਰਦਾ ਹੈ
ਕਿ ਮੈਂ ਵੀ ਮੱਕਾ ਦੇਖ ਲਵਾਂ ਇੱਕ ਵਾਰੀ, ਜਿੱਥੇ ਤੂੰ ਕਹਿੰਦਾ ਵੀ ਰੱਬ ਦਾ ਘਰ ਹੈ, ਕਿ ਮੈਂ ਵੀ ਮਰਨ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਮੱਕਾ ਦੇਖ ਲਵਾਂ। ਉਹ ਕੀੜੀ ਨੇ ਕਿਹਾ। ਤਾਂ ਅੱਗੋਂ ਕਬੂਤਰ ਕਹਿਣ ਲੱਗਾ, ਕਹਿੰਦਾ ਕਿ ਤੇਰੇ ਛੋਟੇ ਛੋਟੇ ਪੈਰ ਹੈ, ਛੋਟੀ ਜਿਹੀ ਤੂੰ ਹੈ। ਕਬੂਤਰ ਕੀੜੀ ਨੂੰ ਕਹਿਣ ਲੱਗਾ ਵੀ ਜੇ ਮੈਨੂੰ ਨਹੀਂ ਲੱਗਦਾ ਵੀ ਤੂੰ ਉੱਥੇ ਪਹੁੰਚ ਪਾਊਂਗੀ ਜੀਂਦੇ ਜੀ, ਕਿ ਜੇ ਤੂੰ ਜਾਣ ਦੀ ਕੋਸ਼ਿਸ਼ ਕਰੇਂਗੀ ਤਾਂ ਵੀ ਨਹੀਂ ਮੈਨੂੰ ਲੱਗਦਾ ਵੀ ਉੱਥੇ ਪਹੁੰਚ ਪਾਏਂਗੀ, ਕਿਉਂਕਿ ਇੱਕ ਪਹਿਲੀ ਗੱਲ ਤਾਂ ਤੂੰ ਛੋਟੀ ਜਿਹੀ ਹੈ, ਔਰ ਦੂਜੀ ਗੱਲ ਉੱਥੇ ਕਈ ਜਾਨਵਰ ਹੁੰਦੇ ਆ, ਉੱਧਰ ਨੂੰ ਜਾਂਦੇ ਆ ਕਈ ਇਨਸਾਨ ਹੁੰਦੇ ਆ, ਅਤੇ ਕਿਤੇ ਕਿਸੇ ਦੇ ਪੈਰ ਥੱਲੇ ਆ ਕੇ ਨਾ ਮਰ ਜਾਈਂ। ਇਸ ਲਈ ਮੈਨੂੰ ਲੱਗਦਾ ਕਿ ਤੇਰੇ ਵਾਸਤੇ ਐਡੀ ਦੂਰ ਦਾ ਜਿਹੜਾ ਸਫ਼ਰ ਹੈ ਉਹ ਤੈਅ ਕਰਨਾ ਬੜਾ ਔਖਾ। ਤਾਂ ਉਸ ਵਕਤ ਫਿਰ ਕਹਿੰਦੇ ਉਹ ਕੀੜੀ ਨੇ ਕਿਹਾ ਕਬੂਤਰ ਨੂੰ ਕਿ ਭਾਈ ਤੂੰ ਕਦੇ ਮੱਕਾ ਦੇਖਿਆ ਹੈ? ਤਾਂ ਕਬੂਤਰ ਕਹਿੰਦਾ ਲੈ ਮੈਂ ਤਾਂ ਕਈ ਵਾਰੀ ਦੇਖਿਆ, ਕਿਉਂਕਿ ਮੈਂ ਉੱਡ ਸਕਦਾ ਹਾਂ, ਜਦੋਂ ਮੇਰਾ ਦਿਲ ਕਰਦਾ ਉਡਾਰੀ ਮਾਰਦਾ ਹਾਂ ਮੱਕਾ ਦੇਖ ਆਉਂਦਾ ਹਾਂ, ਮੈਂ ਤਾਂ ਕਈ ਵਾਰੀ ਜ਼ਿੰਦਗੀ 'ਚ ਦੇਖਿਆ, ਔਰ ਹੁਣੇ 2 ਦਿਨ ਪਹਿਲਾਂ ਵੀ ਮੱਕੇ ਜਾ ਕੇ ਆਇਆ। ਅਤੇ ਉਹ ਕੀੜੀ ਕਹਿਣ ਲੱਗੀ ਕਿ ਠੀਕ ਹੈ ਕਿ ਤੂੰ ਤਾਂ ਬੜੀ ਵਾਰੀ ਮੱਕਾ ਦੇਖਿਆ ਹੈ, ਪਰ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਦੇਖ ਕੇ ਆਵਾਂ, ਮੇਰਾ ਵੀ ਜੀ ਕਰਦਾ ਹੈ। ਬੇਸ਼ੱਕ ਮੰਨਿਆ ਮੇਰਾ ਛੋਟੀ ਆ, ਮੇਰੇ ਪੈਰ ਛੋਟੇ ਨੇ, ਠੀਕ ਹੈ ਕਿ ਮੇਰੀ ਪਹੁੰਚ ਨਹੀਂ ਆ ਉੱਥੇ ਤੱਕ, ਮੰਨਦੀ ਹਾਂ ਕਿ ਆਪ ਨਹੀਂ ਮੈਂ ਚੱਲ ਕੇ ਜਾ ਸਕਦੀ ਉੱਥੇ, ਪਰ ਇਹ ਕਬੂਤਰ ਕਿ ਜੇ ਮੈਂ ਤੇਰੇ ਪੈਰਾਂ ਨਾਲ ਲੱਗ ਜਾਵਾਂ ਤਾਂ ਕੀ ਤੂੰ ਮੈਨੂੰ ਉੱਥੇ ਲੈ ਕੇ ਜਾ ਸਕਦਾ? ਤਾਂ ਕਬੂਤਰ ਕਹਿਣ ਲੱਗਾ ਵੀ ਹਾਂ ਇਹ ਹੋ ਸਕਦਾ। ਤਾਂ ਉਹ ਫਿਰ ਚੀਂਟੀ ਨੇ ਕਿਹਾ, ਉਸ ਕੀੜੀ ਨੇ ਕਿਹਾ, ਕਹਿੰਦੇ ਫਿਰ ਦੇਖਦਾ ਕੀ ਹੈ, ਮੈਨੂੰ ਲੈ ਜਾ ਇੱਕ ਵਾਰੀ, ਮੈਨੂੰ ਮੱਕਾ ਦਿਖਾ ਲਿਆ। ਤਾਂ ਕਹਿੰਦੇ ਫਿਰ ਉਹ ਕਬੂਤਰ ਜਿਹੜਾ ਹੈ ਉਹ ਆਪਣੀ ਡਾਲੀ ਤੋਂ ਨੀਚੇ ਆਉਂਦਾ ਹੈ, ਉਹ ਕੀੜੀ ਨੂੰ ਕਹਿੰਦਾ ਕਿ ਤੂੰ ਮੇਰੇ ਪੰਜੇ ਨੂੰ ਫੜ ਲਾ ਅਤੇ ਚੰਗੀ ਤਰ੍ਹਾਂ ਪਕੜੀ, ਕਿਉਂਕਿ ਸਫ਼ਰ ਲੰਬਾ ਹੈ, ਉਡਾਰੀ ਬੜੀ ਉੱਚੀ ਮਾਰਨੀ ਪੈਣੀ ਹੈ, ਇਸ ਕਰਕੇ ਧਿਆਨ ਨਾਲ ਪਕੜ ਕੇ ਰੱਖੀ, ਕਿਉਂਕਿ ਜੇ ਛੁੱਟ ਗਿਆ ਤਾਂ ਤੂੰ ਕਿੱਥੇ ਡਿੱਗਣਾ ਹੈ ਮੈਨੂੰ ਪਤਾ ਨਹੀਂ ਲੱਗਣਾ, ਕਿਉਂਕਿ ਮੈਂ ਬੜੀ ਉੱਚੀ ਉਡਾਰੀ ਮਾਰ ਰਿਹਾ ਹੋਣਾ, ਤੂੰ ਹੈ ਵੀ ਛੋਟੀ ਹੈ, ਲੱਭਣਾ ਤੈਨੂੰ ਔਖਾ ਹੋ ਜਾਣਾ, ਕਿਉਂਕਿ ਰਾਹ ਦੇ ਵਿੱਚ ਬਹੁਤ ਸਾਰੇ ਝਰਨੇ ਆਉਣੇ ਆ, ਝਾੜੀਆਂ ਆਉਣੀਆਂ, ਜੰਗਲ ਆਉਣੇ, ਤਾਂ ਇਸ ਕਰਕੇ ਜਿੱਥੇ ਡਿੱਗ ਵੀ ਮੈਨੂੰ ਲੱਭਣਾ ਨਹੀਂ ਤੂੰ, ਅਤੇ ਮੈਨੂੰ ਘੁੱਟ ਕੇ ਫੜੀ ਉਸ ਪੰਜੇ ਨੂੰ, ਵੀ ਛੁੱਟੇ ਨਾ ਤੇਰੇ ਕੋਲੋਂ, ਕਿਉਂਕਿ ਹੋ ਸਕਦਾ ਹੈ ਰਾਹ ਦੇ ਵਿੱਚ ਹਵਾਵਾਂ ਤੇਜ਼ ਹੋਣ, ਹਨੇਰੀ ਆਵੇ, ਮੀਂਹ ਝੱਖੜ ਆਉਣ, ਬਥੇਰੀਆਂ ਦਿੱਕਤਾਂ ਆ ਸਕਦੀਆਂ, ਪਰ ਮੈਂ ਹੁਣ ਤੈਨੂੰ ਲੈ ਕੇ ਜਾਣ ਨੂੰ ਤਿਆਰ ਹਾਂ, ਪਰ ਤੈਨੂੰ ਹੁਣ ਮੇਰੇ ਪੰਜੇ ਨੂੰ ਘੁੱਟ ਕੇ ਪਕੜਨਾ ਪੈਣਾ। ਇਸ ਗੱਲ ਨੂੰ ਜ਼ਰਾ ਗੌਰ ਨਾਲ ਸੁਣਨਾ ਬਾਬਾ ਜੀ, ਸਮਝਣਾ। ਉਹ ਕਹਿੰਦੇ ਵੀ ਮੈਂ ਤੈਨੂੰ ਲੈ ਕੇ ਜਾਣ ਨੂੰ ਤਿਆਰ ਹਾਂ, ਪਰ ਤੂੰ ਪੰਜਾ ਘੁੱਟ ਕੇ ਪਕੜਨਾ। ਉਹ ਕੀੜੀ ਫਿਰ ਕਹਿੰਦੇ ਹੌਲੀ ਹੌਲੀ ਰੇਂਗਦੀ ਹੋਈ ਪੰਜੇ ਦੇ ਉੱਪਰ ਚੜ੍ਹੀ, ਉਹਨੇ ਹੁਣ ਘੁੱਟ ਕੇ ਫੜ ਲਿਆ ਪੰਜਾ, ਕਹਿੰਦੀ ਹੁਣ ਮੈਂ ਫੜ ਲਿਆ, ਮੈਂ ਨਹੀਂ ਹੁਣ ਛੱਡਦੀ, ਬਸ ਮੈਨੂੰ ਲੈ ਚੱਲ ਹੁਣ। ਹੁਣ ਕਬੂਤਰ ਕਹਿੰਦਾ ਤਿਆਰ ਹਾਂ, ਕਹਿੰਦੀ ਮੈਂ ਪੂਰੀ ਤਿਆਰ ਹਾਂ, ਬਸ ਮੈਨੂੰ ਲੈ ਚੱਲ। ਕਹਿੰਦੇ ਹੁਣ ਕਬੂਤਰ ਨੇ ਮਾਰੀ ਉਡਾਰੀ, ਵੀ ਹੁਣ ਉਹ ਮੱਕੇ ਵੱਲ ਨੂੰ ਤੁਰ ਪਿਆ ਬਾਬਾ ਜੀ, ਉੱਡਣ ਲੱਗ ਪਿਆ। ਹੁਣ ਰਾਹ ਦੇ ਵਿੱਚ ਹਵਾਵਾਂ ਵੀ ਆਈਆਂ, ਹਨੇਰੀਆਂ ਵੀ ਆਈਆਂ, ਝੱਖੜ ਵੀ ਝੁੱਲੇ, ਪਰ ਉਹ ਨਾਲ ਨਾਲ ਇਹ ਵੀ ਕਹਿੰਦਾ ਗਿਆ ਕੀੜੀ ਨੂੰ ਕਿ ਤੂੰ ਬੋਲਣ ਦੀ ਤੈਨੂੰ ਲੋੜ ਨਹੀਂ, ਤੂੰ ਬਸ ਫੜ ਕੇ ਰੱਖੀ, ਵੀ ਕਿਤੇ ਐਂ ਨਾ ਹੋਵੇ ਬੋਲਣ ਦੇ ਚੱਕਰ ਦੇ ਵਿੱਚ ਛੁੱਟ ਜਾਵੇ ਤੇ ਤੂੰ, ਬਸ ਮੰਜ਼ਿਲ ਆਉਣ ਵਾਲੀ ਹੈ। ਮਤਲਬ ਪੂਰੇ ਰਾਹ ਦੇ ਵਿੱਚ ਇੱਦਾਂ ਹੀ ਕਹਿੰਦਾ ਗਿਆ ਕਬੂਤਰ। ਤਾਂ ਪੂਰੇ ਘੁੱਟ ਕੇ ਕੀੜੀ ਨੇ ਵੀ ਫੜ ਕੇ ਰੱਖਿਆ। ਹੁਣ ਹਨੇਰੀ ਵੀ ਆਈ, ਮੀਂਹ ਝੱਖੜ ਵੀ ਹੋਏ, ਉੱਥੋਂ ਜੰਗਲਾਂ 'ਚੋਂ ਵੀ ਗੁਜ਼ਰੇ, ਝਰਨਿਆਂ 'ਚੋਂ ਵੀ ਗੁਜ਼ਰੇ, ਸਾਰੀਆਂ ਜਗ੍ਹਾਵਾਂ ਤੋਂ ਗੁਜ਼ਰ ਕੇ ਪਹੁੰਚ ਗਏ ਹੁਣ ਮੱਕੇ। ਔਰ ਜਦੋਂ ਮੱਕੇ ਜਾ ਕੇ ਉਤਰੇ ਨਾ, ਤਾਂ ਕਬੂਤਰ ਨੇ ਕਿਹਾ ਲੈ ਵੀ ਚੀਂਟੀ, ਹੁਣ ਤੂੰ ਦਰਸ਼ਨ ਕਰ ਲੈ, ਉਹ ਹੈ ਸਾਹਮਣੇ ਰੱਬ ਦਾ ਘਰ ਦੇਖ ਲੈ। ਹੁਣ ਜਦੋਂ ਕਹਿੰਦੇ ਉਸ ਕੀੜੀ ਨੇ, ਉਸ ਚੀਂਟੀ ਨੇ ਜਦੋਂ ਰੱਬ ਦਾ ਘਰ ਦੇਖਿਆ, ਮੱਕੇ ਦੇ ਦੀਦਾਰ ਕੀਤੇ, ਤਾਂ ਉਹਨੇ ਸ਼ੁਕਰ ਕੀਤਾ। ਉਹ ਕਹਿੰਦੀ ਵੀ ਸ਼ੁਕਰ ਹੈ
ਕਿ ਜੇ ਮੈਂ ਆਪਣੇ ਪੈਰਾਂ ਨਾਲ ਚੱਲਦੀ ਹੁੰਦੀ ਤਾਂ ਸ਼ਾਇਦ ਮੈਂ ਸਾਰੀ ਜ਼ਿੰਦਗੀ ਇੱਥੇ ਪਹੁੰਚਣਾ ਬਣਦੀ। ਪਰ ਇਹ ਕਬੂਤਰ ਅੱਜ ਤੇਰੇ ਪੈਰ ਪਕੜ ਕੇ ਮੈਂ ਰੱਬ ਦਾ ਘਰ ਦੇਖ ਲਿਆ। ਬਹੁਤ ਬਹੁਤ ਸ਼ੁਕਰੀਆ ਤੇਰਾ, ਸ਼ੁਕਰ ਹੈ ਤੇਰਾ। ਤਾਂ ਕਹਿੰਦੇ ਉਸ ਕਬੂਤਰ ਨੇ ਦੁਬਾਰਾ ਕੀੜੀ ਨੂੰ ਚੱਕਿਆ ਔਰ ਫਿਰ ਉਸੇ ਦੇ ਹੀ ਘਰ ਛੱਡ ਦਿੱਤਾ। ਦੁਬਾਰਾ ਜਿੱਥੋਂ ਲਿਆ ਸੀ ਉੱਥੇ ਹੀ ਛੱਡ ਆਇਆ ਜਾ ਕੇ। ਅਤੇ ਚੀਂਟੀ ਨੇ ਫਿਰ ਧੰਨਵਾਦ ਕੀਤਾ ਕਬੂਤਰ ਦਾ। ਹੁਣ ਜਦੋਂ ਇਹ ਗੱਲ ਪੂਰੀ ਹੋਈ ਤਾਂ ਉਸ ਵੇਲੇ ਹਜ਼ਰਤ ਮੌਲਾਨਾ ਰੂਮੀ ਸਾਹਿਬ ਉਹਨਾਂ ਨੇ ਪੁੱਛਿਆ ਉਸ ਪ੍ਰੇਮੀ ਨੂੰ ਕਿ ਬੇਟਾ ਕੁਛ ਸਮਝ ਆਈ ਤੈਨੂੰ ਗੱਲ, ਕਿ ਤੂੰ ਮੈਨੂੰ ਕਹਿ ਰਿਹਾ ਸੀ ਨਾ ਕਿ ਮੈਂ ਕਿਉਂ ਇੰਨੀ ਮਹਿਮਾ ਗਾਈ ਹੈ ਆਪਣੇ ਮੁਰਸ਼ਦ ਦੀ, ਕਿਉਂ ਉਪਮਾ ਕੀਤੀ ਹੈ ਔਰ ਮੁਰਸ਼ਦ ਦਾ ਹੋਣਾ ਕਿਉਂ ਜ਼ਰੂਰੀ ਹੈ ਜ਼ਿੰਦਗੀ 'ਚ। ਤਾਂ ਮੌਲਾਨਾ ਰੂਮੀ ਸਾਹਿਬ ਕਹਿੰਦੇ ਹੁਣ ਇਸ ਗੱਲ ਨੂੰ ਜ਼ਰਾ ਗੌਰ ਨਾਲ ਸਮਝ ਲੈ। ਅਤੇ ਮੌਲਾਨਾ ਰੂਮੀ ਸਾਹਿਬ ਉਸ ਵੇਲੇ ਫਰਮਾਉਂਦੇ ਆ ਕਿ ਜੇ ਇਨਸਾਨ ਆਪਣੇ ਆਪ ਨੂੰ ਦੇਖੇ ਤਾਂ ਇਨਸਾਨ ਇੱਕ ਚੀਂਟੀ ਹੈ, ਇਹ ਚੀਂਟੀ ਦੇ ਵਰਗਾ ਹੈ। ਜਿੱਦਾਂ ਜਿਹੜਾ ਇਨਸਾਨ ਕਹਿੰਦਾ ਹੈ ਕਿ ਮੇਰੇ ਕਰਮ ਮਾੜੇ, ਮੇਰੀ ਪਹੁੰਚ ਤਾਂ ਹੈ ਨਹੀਂ ਰੱਬ ਤੱਕ, ਕਿ ਮੇਰੇ 'ਤੇ ਕਰਮ ਮਾੜੇ ਹੈ, ਮੈਂ ਪਾਪੀ ਹਾਂ। ਜਿੱਦਾਂ ਉਹ ਚੀਂਟੀ ਕਹਿ ਰਹੀ ਸੀ ਕਿ ਮੇਰੇ ਤਾਂ ਪੈਰ ਛੋਟੇ ਛੋਟੇ ਹੈ, ਮੇਰਾ ਆਕਾਰ ਛੋਟਾ ਛੋਟਾ ਹੈ, ਮੇਰੀ ਸੋਚ ਬੜੀ ਮਾੜੀ ਹੈ, ਮੇਰੇ ਅੰਦਰ ਆਹ ਘਾਟਾ ਹੈ, ਮੇਰੇ 'ਚ ਇੰਨੀਆਂ ਕਮੀਆਂ ਹੈ। ਜਿੱਦਾਂ ਮੰਨ ਲਓ ਵੀ ਹੁਣ ਬੰਦਾ ਕਹੇ ਕਿ ਮੈਂ ਰੱਬ ਦਾ ਦਰਸ਼ਨ ਕਰਨਾ ਹੈ, ਪਰ ਉਹ ਇਹ ਵੀ ਕਹੀ ਜਾਵੇ ਕਿ ਮੈਨੂੰ ਪਤਾ ਹੈ ਕਿ ਮੇਰੇ 'ਚ ਕਮੀਆਂ ਹੈ, ਮੈਂ ਸ਼ਾਇਦ ਨਾ ਕਰ ਪਾਵਾਂ, ਵੀ ਜੇ ਮੈਂ ਪੂਰੀ ਜ਼ਿੰਦਗੀ ਵੀ ਤੁਰਿਆ ਰਹਾਂ ਤਾਂ ਸ਼ਾਇਦ ਮੈਂ ਉੱਥੇ ਤੱਕ ਨਾ ਪਹੁੰਚ ਪਾਵਾਂ, ਜਾਂ ਉਹ ਰੱਬ ਦੇ ਘਰ ਨੂੰ ਲੱਭਦਿਆਂ ਲੱਭਦਿਆਂ ਉਸ ਰੱਬ ਦੇ ਘਰ ਤੱਕ ਪਹੁੰਚਦਿਆਂ ਪਹੁੰਚਦਿਆਂ ਕਿਤੇ ਮੇਰੀ ਮ੍ਰਿਤਿਊ ਨਾ ਹੋ ਜਾਵੇ। ਅਤੇ ਹੁਣ ਮੁਰਸ਼ਦ ਕੀ ਹੈ? ਮੁਰਸ਼ਦ ਹੈ ਉਸ ਕਹਾਣੀ ਦੇ ਕਬੂਤਰ ਵਰਗਾ ਬਾਬਾ ਜੀ। ਤਾਂ ਮੌਲਾਨਾ ਰੂਮੀ ਸਾਹਿਬ ਇੱਥੇ ਕਹਿੰਦੇ ਵੀ ਜਿੱਦਾਂ ਉਹ ਚੀਂਟੀ ਜਿਹੜੀ ਹੈ ਕਬੂਤਰ ਦੇ ਪੰਜੇ ਨੂੰ ਪਕੜ ਕੇ ਘੁੱਟ ਕੇ ਫੜਿਆ ਤਾਂ ਉਹ ਮੱਕੇ ਤੱਕ ਪਹੁੰਚ ਗਈ। ਕਹਿੰਦੇ ਇਸੇ ਤਰ੍ਹਾਂ ਇੱਕ ਇਨਸਾਨ ਜਦੋਂ ਮੁਰਸ਼ਦ ਦੇ ਕਦਮਾਂ ਨੂੰ ਸ਼ਰਧਾ ਦੇ ਨਾਲ ਘੁੱਟ ਕੇ ਫੜ ਲੈਂਦਾ, ਪ੍ਰੇਮ ਦੇ ਨਾਲ ਫੜ ਲੈਂਦਾ, ਮੁਰਸ਼ਦ ਦੇ ਕਦਮਾਂ ਦੇ ਨਾਲ ਜੁੜ ਜਾਂਦਾ ਹੈ, ਤਾਂ ਫਿਰ ਕਹਿੰਦੇ ਜਿਹੜਾ ਇਨਸਾਨ ਵੀ ਹੈ ਨਾ ਉਹ ਵੀ ਬੜੀ ਸਹਿਜਤਾ ਦੇ ਨਾਲ ਉਸ ਰੱਬ ਦੇ ਘਰ ਤੱਕ ਪਹੁੰਚ ਜਾਂਦਾ, ਉਸ ਖੁਦਾ ਨੂੰ ਦੇਖ ਲੈਂਦਾ। ਹੁਣ ਇੱਥੇ ਉਹਨਾਂ ਨੇ ਇਹ ਨਹੀਂ ਆਖਿਆ ਵੀ ਮੱਕਾ ਉਹ ਜਿਹੜਾ ਅਰਬ 'ਚ ਹੈ, ਉਹ ਕਿਹੜੀ ਗੱਲ ਕਰ ਰਹੇ? ਉਹ ਕਹਿੰਦੇ ਮਨ ਮੱਕਾ, ਦਿਲ ਦੁਆਰਕਾ, ਕਾਇਆ ਕਾਸ਼ੀ ਜਾਣ, ਦਸ ਦੁਆਰਕਾ ਦਹਿਰਾ, ਤਾਂ ਮੇ ਜੋਤ ਪਹਿਚਾਣ। ਇੱਥੇ ਸਾਈਂ ਲੋਕ ਫਰਮਾ ਰਹੇ ਵੀ ਤੁਹਾਡੇ ਅੰਦਰ ਮੱਕਾ ਵੀ ਹੈ, ਤੁਹਾਡੇ ਅੰਦਰ ਹੀ ਦੁਆਰਕਾ ਵੀ ਹੈ, ਤੁਹਾਡੇ ਅੰਦਰ ਹੀ ਕਾਸ਼ੀ ਵੀ ਹੈ। ਇੱਥੇ ਕਹਿ ਰਹੇ ਵੀ ਤੁਹਾਡਾ ਪੂਰਾ ਸਰੀਰ ਜਿਹੜਾ ਹੈ ਉਹ ਇੱਕ ਤੀਰਥ ਹੀ ਹੈ, ਪਰ ਤੀਰਥ ਬਣੇਗਾ ਕਿੱਦਾਂ, ਕਦੋਂ ਪਹਿਚਾਨੋਗੇ ਉਹਨੂੰ, ਇਹ ਮੁਰਸ਼ਦ ਦੱਸਦੇ ਹੈ। ਹੁਣ ਮੌਲਾਨਾ ਰੂਮੀ ਸਾਹਿਬ ਨੇ ਜਿਹੜੀ ਗੱਲ ਸੁਣਾਈ ਕਿ ਕਬੂਤਰ ਨੇ ਕਿਹਾ ਕਿ ਚੀਂਟੀ ਨੇ ਪਕੜ ਲਏ ਪੈਰ, ਉਹਨਾਂ ਨੇ ਇਹ ਵੀ ਕਿਹਾ ਕਿ ਰਾਹ ਦੇ ਵਿੱਚ ਹਨੇਰੀਆਂ ਆਉਣਗੀਆਂ, ਮੀਂਹ ਝੱਖੜ ਆਉਣਗੇ, ਚੰਗੇ ਮਾੜੇ ਰਾਹ ਵੀ ਆਉਣਗੇ, ਪਰ ਤੂੰ ਘੁੱਟ ਕੇ ਫੜ ਕੇ ਰੱਖੀ, ਛੱਡੀ ਨਾ। ਇੱਥੇ ਇਹੀ ਗੱਲ ਉਹ ਕਰ ਰਹੇ ਕਿ ਕਿਹੜਾ ਇਨਸਾਨ ਹੈ ਜੋ ਆਪਣੀ ਮੰਜ਼ਿਲ ਨੂੰ ਪਾਉਂਦਾ, ਜੋ ਕਾਮਯਾਬੀ ਨੂੰ ਪਾਉਂਦਾ ਹੈ, ਉਸ ਆਨੰਦ ਤੱਕ ਪਹੁੰਚਦਾ ਹੈ, ਸੱਚ ਤੱਕ ਪਹੁੰਚਦਾ ਹੈ, ਜਿਹੜਾ ਆਪਣੇ ਗੁਰੂ ਪੀਰ ਮੁਰਸ਼ਦ ਦੇ ਕਦਮਾਂ ਨੂੰ ਚਰਨਾਂ ਨੂੰ ਘੁੱਟ ਕੇ ਫੜ ਕੇ ਰੱਖਦਾ ਹੈ। ਬਾਬਾ ਜੀ ਜਿਹਦਾ ਸਿੱਧਕ ਪੱਕਾ ਹੈ, ਯਕੀਨ ਸੱਚਾ ਹੈ। ਹੁਣ ਜਿਹੜਾ ਮਾੜੀ ਮਾੜੀ ਗੱਲ 'ਤੇ ਡੋਲ ਜਾਵੇ, ਮਾੜੀ ਮਾੜੀ ਗੱਲ 'ਤੇ ਬੇਵਿਸ਼ਵਾਸੀ ਨਾਲ ਭਰ ਜਾਵੇ, ਬੇਯਕੀਨਾ ਹੋ ਜਾਵੇ, ਫਿਰ ਇਹਦਾ ਤਾਂ ਇਹੀ ਮਤਲਬ ਹੈ ਨਾ ਕਿ ਇਹਦੀ ਪਕੜ ਕਮਜ਼ੋਰ ਹੈ, ਫਿਰ ਕਦੇ ਵੀ ਉਸ ਸੱਚੇ ਦੀ ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ। ਹੁਣ ਇੱਥੇ ਕਬੂਤਰ ਨੇ ਇਹ ਵੀ ਕਿਹਾ ਸੀ ਕਿ ਭਾਈ ਤੈਨੂੰ ਮੈਂ ਲੈ ਕੇ ਜਾਊਂਗਾ, ਤੈਨੂੰ ਪਹੁੰਚਾਊਂਗਾ ਜ਼ਰੂਰ ਜਿਹੜੀ ਤੂੰ ਮੰਜ਼ਿਲ ਚਾਹੁੰਦੀ ਹੈ, ਪਰ ਪਕੜ ਤੂੰ ਮਜ਼ਬੂਤ ਰੱਖੀ। ਇਸੇ ਲਈ ਕਿਹਾ ਹੈ ਸਾਈਂ ਲੋਕਾਂ ਨੇ ਕਿ ਆਪਣੇ ਗੁਰੂ ਨਾਲ, ਆਪਣੇ ਪੀਰ ਨਾਲ, ਆਪਣੇ ਮੁਰਸ਼ਦ ਨਾਲ ਫੜ ਲਓ ਉਹਦੇ ਚਰਨ, ਘੁੱਟ ਕੇ ਫੜ ਲਓ,
ਚੰਗੀ ਤਰ੍ਹਾਂ ਜੁੜ ਜਾਓ ਕਿ ਜੇ ਰਾਹ ਦੇ ਵਿੱਚ ਕੋਈ ਮਾੜੀ ਮੋਟੀ ਦੁੱਖਾਂ ਤਕਲੀਫਾਂ ਦੀ ਹਨੇਰੀ ਆਉਂਦੀ ਵੀ ਹੈ ਨਾ, ਤਾਂ ਉਸ ਵੇਲੇ ਕਹਿੰਦੇ ਕਮਜ਼ੋਰ ਨਾ ਪਾਓ, ਤੁਸੀਂ ਆਪਣੀ ਪਕੜ ਮਜ਼ਬੂਤ ਰੱਖੋ, ਮੰਜ਼ਿਲ ਤੱਕ ਉਹ ਲੈ ਕੇ ਆਪੇ ਜਾਣਗੇ, ਉਹ ਲੈ ਕੇ ਆਪੇ ਜਾਣਗੇ, ਬਸ ਪਕੜ ਮਜ਼ਬੂਤ ਰੱਖੋ, ਇਹੀ ਕਿ ਵਿਸ਼ਵਾਸ ਪੱਕਾ ਰੱਖਣਾ। ਸੋ ਸਾਰਿਆਂ ਨੂੰ ਸਲਾਮ ਹੈ, ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਾਵਲੀ ਜੀ। ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਬਾਬਾ ਜੀ, ਗੁਰੂਆਂ ਪੀਰਾਂ ਰਹਿਬਰਾਂ ਮੁਰਸ਼ਦਾਂ ਫਕੀਰਾਂ ਨੂੰ ਸਦਾ ਹੀ ਸਲਾਮ ਹੈ, ਸਭ ਨੂੰ ਸਲਾਮ।